ਸਟਿੱਕਰ ਜੇ ਲਾਉਣ ਵਾਲੇ ਹਜੇ ਬਾਈ ਆਹੀ ਪਾਉਣੀ ਆ ਬਣਾ ਲਾ ਪੱਗ ਨੀਲੀ ਨੀ ਚੱਲਣੀ ਸਾਡੇ ਰੋਟੀ ਖਾ ਲੋ ਫਿਰ ਕੱਪੜੇ ਪਾਵਾਂਗੇ ਤਿਆਰ ਹੋਵਾਂਗੇ ਰੋਟੀ ਖਾ ਲਾ ਮੇਰੇ ਬਸ ਚੱਲੂ ਜਿਵੇਂ ਤੇਰਾ ਮੁੰਡਾ ਤੇ ਮੈਂ ਕਹਾਂਗੇ ਮੈਂ ਚੱਲੂ ਹੁਣ ਤੇਰੀ ਮਰਜ਼ੀ ਨਹੀਂ ਚੱਲਣੀ ਹਾਂ ਕਰੀ ਜਾਓ ਘੁੰਮ ਜਾਓ ਥੋੜਾ ਇਧਰ ਘੁੰਮੋ ਹੋ ਜਾਓ ਥੋੜਾ ਵਾਲੀ ਸ਼ੋਨੀ ਲੱਗਦੀ ਆ ਪੱਗ ਓਏ ਸਤਿ ਸ੍ਰੀ ਅਕਾਲ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਨੂੰ ਮੈਂ ਪੁੱਤ ਆਪਦਾ ਮੰਗ ਲਿਆ मेनू बहुत खुशी हो गई मैं आपदा पुत मंग लिया बहुत खुशी हो गई मेनू बहुत चा चढ़िया वे मैं तां रोग मेरे सारे टुट गए मेरा रोग कोई भी नहीं रहा हुण मेरे सारे दुख टुट गए मैं आपदा पुत मंग लिया ਤੇ ਜੋ ਜੋ ਹੋਇਆ ਜਿਵੇਂ ਜਿਵੇਂ ਹੋਇਆ ਸਾਰਾ ਅਸੀਂ ਬਲੌਗ ਬਣਾਏ ਵੇ ਸਾਰਾ ਕੁਝ ਕੀਤਾ ਵੇ ਭਾਗਾਂ ਦੇ ਵਿੱਚ ਜਾਨੀ ਕਿ ਪਾਰਟ ਬਣਾ ਸਾਰੇ ਪਾਵਾਂਗੇ ਤੇ ਪਹਿਲਾ ਬਲੌਗ ਸਾਡਾ ਦੇਖੋਗੇ ਅੱਜ ਜੁੜੇ ਰਹੋ ਸਾਡੇ ਬਲੌਗ ਨਾਲ ਲਵ ਯੂ ਜੀ ਕੱਲ ਵੀ ਸੀ ਲੈ ਲੈਣਾ ਪਾਸ ਪਾ ਕੇ ਦੇਖਿਆ ਸੀ ਉਹ ਆ ਗਿਆ ਉਹ ਵੀ ਠੀਕ ਰਾ ਕਰੇਗਾ ਵੱਡੀ ਉਹ ਵੱਡਾ ਲੈ ਕੇ ਉਹ ਆ ਨਹੀਂ ਫਿਰ ਉਹਦੇ ਨਾਲ ਉਹ ਵੀ ਪੱਗ ਚੱਲੂ ਨਹੀਂ ਨਾ ਪੱਗਾਂ ਤੋਂ ਗਾਣਾ ਮੇਰੇ ਕੋਲ ਨਾ ਲੈਣਾ ਆਇਆ ਇਹ ਦੇਖ ਲੈ ਕਰਦੇ ਇਹ ਮੇਰਾ ਮੇਰਾ ਪੱਗ ਮੇਰੇ ਤੇ ਬਾਲਣ ਬਣਿਆ ਓਏ ਆਹੀ ਬੰਨਣੀ ਆ ਪੱਗ ਹੋਏ ਦੇ ਨਾ ਲੈ ਓਏ ਕੋਟ ਪੈਂਟ ਨਾ ਜਾਚਦੀ ਆ ਉਹੀ ਤਾਂ ਗੱਲ ਆ ਉਹ ਨੀਲੇ ਨਾ ਨੀਲੇ ਥੋੜੋ ਚੱਲੂ ਉਹ ਨਹੀਂ ਚੱਲਣੀ ਨੀਲੇ ਨਾ ਨੀਲੀ ਆ ਚੱਲੂਗੀ ਉਹਦੇ ਨਾਲ ਲਾ ਕੁੜਤਾ ਪਜਾਮਾ ਕਾਹਤੋਂ ਪਾਉਣਾ ਵਾ बना पग नीली नी चलनी ਸਾਡੇ ਰੋਟੀ ਖਾ ਲੋ ਫਿਰ ਕੱਪੜੇ ਪਾਵਾਂਗੇ ਤਿਆਰ ਹੋਵਾਂਗੇ ਰੋਟੀ ਖਾ ਲਾ ਹਾਂ ਗਰਮ ਨਾ ਹੋਊਗੀ ਨਹੀਂ ਗਰਮ ਐ ਨਾ ਕੋਈ ਨਹੀਂ ਮੇਰੇ ਬਸ ਚੱਲੂ ਜਿਵੇਂ ਤੇਰਾ ਮੁੰਡਾ ਤੇ ਮੈਂ ਕਹਾਂਗੇ ਮੈਂ ਚੱਲੂ ਹਾਂ ਤੇਰੀ ਮਰਜ਼ੀ ਨਹੀਂ ਚੱਲਣੀ ਹਾਂ ਕਰੀ ਜਾਓ ਬਾਜੋ ਚੱਲ ਆ ਵੀ ਕੋਈ ਗੱਲ ਹੁੰਦੀ ਆ ਆਪਣਾ ਪਿੱਛੇ ਵੀ ਤੁਸੀਂ ਜਾਓ ਨਹੀਂ ਮੈਂ ਤਾਂ ਆਪਣਾ ਪਿੱਛੇ ਨਾ ਜਲੂਸ ਕਰਨਾ ਕੀ ਕੱਪੜੇ ਆ ਤੇ ਆ ਵੀ ਕੱਪੜੇ ਆ कोट नीली नी चलनी नीले ना नहीं पग तो रुमाल मद गया नहीं कपड़ा ही है भाभी लै गई रोटी चलो हाँ रोटी खा के पा लो कोट पेंट ते पग बन लो चार घंटे का बननी है आज ला दो बस नीली बन के जानी है नीली बन के जानी है ये तो हूँ डैडी ने कुर्ता पजामा समा देना सी फिर कुर्ता पजामा ही चाहिए सी डैडी वो हुण सिया हुण जमाने के हिसाब न चलना पैंदा सियाल कुछ नहीं आंदा अंदर तो एसी चलना बस कर दा हुण बोल अड़ी आ स्टिकर जे लाउण वाले हजे भाई आई पाउणी आ ये आपां मोड़नी नहीं आपणे को ही आ इह स्टिकर स्टिकर नाल ही पाउणी आ
ਅੱਠ ਭਰਾਵਾ ਤੇਰੀ ਅੱਜ ਰਿੰਗ ਸੈਰਮਨੀ ਆ ਅੱਠ ਵਜੇ ਦਾ ਟਾਈਮ ਤੇ ਪਿਆ ਸੁੱਤਾ ਸੀਗਾ ਬਾਬੇ ਲੇਟ ਕਰਾਤਾ ਪੱਗਾਂ ਤੋਂ ਬਣਾ ਲਈਆਂ ਪੱਗਾਂ ਉਹ ਦੇਖਾਂ ਉਹ ਪੈਂਦਾ ਉਹ ਚਲੋ ਵੀ ਚਲੋ ਕਰਾਂ ਤਾਂ ਤਦ ਬਾਜਾ ਮਾਰੀ ਜਾਂਦੇ ਆ ਆਰਨੀਤ ਨਾਲ ਮੇਲ ਕਰਾਇਆ ਸੀ ਥੋੜਾ ਸਮਾਈਲ ਫੇਸ ਜਾਣ ਤੋਂ ਬਾਅਦ ਪੂਰੇ ਅੱਗੇ ਹੋ ਜਾਓ ਕਿਤੇ ਬਕਲੀ ਬੁੱਕਲ ਮਾਰਦੇ ਦਿਖਾਉਣਾ ਹੋ ਜਾਓ ਅੱਗੇ ਹੋ ਜਾਓ ਹੋ ਜਾਓ ਹੋ ਜਾਓ ਹੋ ਜਾਓ ਹੋ ਜਾਓ ਬੁੱਕਲ ਮਾਰਦੇ ਦਿਖਾਉਣਾ ਜਿੱਥੇ ਖੜ ਕੇ ਹੋ ਜਾਓ ਅੱਗੇ ਉਰਾ ਆ ਜਾਓ ਉਰਾ ਵੀਰੇ ਉਰਾ ਆ ਜਾਓ ਇੱਥੋਂ ਬਾਅਦ ਜਦੋਂ ਕਿਹਾ ਬੁੱਕਲ ਮਾਰਿਓ ਠੀਕ ਹੈ ਭਰਾਓ ਸਹੀ ਸਮਾਈ ਰੱਖਿਓ ਵੀਰੇ ਠੀਕ ਹੈ ਫੇਸ ਸਟਾਰਟ ਸਮਾਈ ਫਿਰ ਸਾਰੇ ਦੰਦ ਬਾਹਰ ਲਾਲ ਬੀਲੇ ਖੱਟੇ ਸਾਰੇ ਦੰਦ ਬਾਹਰ ਚਲੋ ਸਟਾਰਟ ਰਿਪੀਟ ਕਰਕੇ ਥੋੜ੍ਹਾ ਚਿੰਨਾ ਪਰ ਰੱਖਿਓ ਠੀਕ ਹੈ ਰੋਕਤੀ ਸੀ ਮੈਂ ਬਰਾਬਰ ਦਾ ਲਈ ਫਿਰਦਾ ਫੜਾ ਮੇਰਾ ਫੋਨ ਚੱਲ ਤੂੰ ਗਾਚੀ ਦੀ ਤੂੰ ਬਬਰੀ ਨਾ ਕਰ ਤੂੰ ਆਪਣਾ ਕੰਮ ਕਰ
ਬੋਡੀ ਉੱਥੇ ਓਨਲੀ ਫੇਸ ਮੂਵ ਕਰੋ ਜਿਆਦਾ ਨਹੀਂ ਗਾ ਬੋਡੀ ਉੱਥੇ ਰੱਖੋ ਪਹਿਲਾਂ ਹਾਂਜੀ ਥੋੜਾ ਫੇਸ ਮੂਵ ਜਿੰਨਾ ਇਦਾਂ ਕਰੋ ਸੈੱਟ ਕੇ ਨਾਲ ਦੀ ਨਾਲ ਨਾ ਲਾਉਣ ਲੱਗੋ ਠੀਕ ਹੈ ਮੰਮੀ ਇਦਾਂ ਹੀ ਲੋ ਪਿੱਛੇ ਹੀ ਰਿਹਾ ਪਿੱਛੇ ਹੀ ਹਾਂ 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 ਇਹ ਮੁੰਡਾ ਕੌਣ ਹੈ ਮੈਂ ਫੋਟੋ ਨਹੀਂ ਪਤਾ ਮੈਨੂੰ ਪਤਾ ਅਭੀ ਪਰ ਅਸੀਂ ਮੈਂ ਨਹੀਂ ਦੇਖਿਆ ਵੀ ਤੈਨੂੰ ਕਦੀ ਓਏ ਨਾ ਮੈਨੂੰ ਪੁੱਛਿਆ ਹਾਂ ਅੱਛਾ ਹਿਲ ਰਹੀ ਆ ਅੱਜ ਲਾਉਂਗੀ ਫਿਰ ਥੋੜਾ ਇਦਨੂੰ ਮੂਵ ਉਹਦੇ ਤੋਂ ਨੋ ਕਿ ਤੱਕ ਤੇ ਇਦਨੂੰ ਆਓ ਟਾਈਟ ਹੋ ਗਈ ਨਹੀਂ ਮੇਰੇ ਵਾਲੇ ਕਿਤੇ ਵੀ ਬਣਾ ਦੋ ਹਾਏ ਮੋਟੀਆਂ ਬਾਹਾਂ ਆਈਆਂ ਇਹਦੇ ਬਾਹਾਂ ਇੱਡੇ ਦੇ ਖੜਾ ਸਿੱਧਾ ਓਏ ਗਲਤ ਪਾ ਲਿਆ ਤੁਸੀਂ ਇਹ ਮੇਰੇ ਤਾਰੇ ਵਾਲੇ ਦਾ ਨਹੀਂ ਤੋ ਇਹ ਤਾਰੇ ਦਾ ਤਾਰੇ ਦਾ ਮਸਾ ਫਸੇ ਉਹਦਾ ਵੀ ਤੇ ਤੋ ਉਹਦੇ ਬਾਹਾਂ ਦੀ ਚੀਜ਼ ਇੱਧਰ ਦੇ ਯਾਰ ਪਾਕਸ ਕਿਹਾ ਕਿੱਥੇ ਆ ਨੰਦੀ ਕਰੋ ਥੋੜਾ ਇਹ ਮੂਵ ਹੋ ਜਾਓ ਓਕੇ ਥੋੜਾ ਸਮਾਈ ਰੱਖ ਕੇ ਠੀਕ ਹੈ ਸਮਾਈ ਰੱਖ ਕੇ ਫੇਸ ਕਰ ਲੈਣਾ ਡਨ ਰਾਜੇ ਚਲੋ ਲੈਸ ਕੋਈ ਨਹੀਂ ਪਰ ਚਲੋ ਹੁਣੇ ਹੀ ਗਿਆ ਨਾ ਆਪਣਾ ਲੱਗੜਾ ਬਟਨ ਨਾਲ ਕੋਈ ਨਾ ਸ਼ੋਲਡਰ ਹੁਣ ਤੁਸੀਂ ਪਾ ਕੇ 5 ਮਿੰਟ ਆ ਜਾ ਅੰਦਰ ਆ ਜਾ ਆ ਜਾ ਕੋਈ ਬਹੁਤ ਸੋਹਣਾ ਲੱਗਾ ਆ ਜਾ ਕਿਤੋਂ ਤੂੰ ਪਿਆਰੋ ਵੇ 50 ਰੁਪਏ ਹੋ ਗਿਆ ਹਾਂ ਉਹ ਸਾਨੂੰ ਕੋਈ ਨਾ ਉਹ ਦੇ ਦਾਂਗੇ ਫਿਰ 51 ਉਧਰੋਂ ਕੱਟ ਲਾਂਗੇ ਕੁੰਡੀ ਚੋਰੀ ਵਾਲੀ ਸੋਹਣੀ ਲੱਗਦੀ ਆ ਪੱਗ ਓਏ ਵੀਰੇ ਗੁੱਤ ਜੀ ਅੰਦਰ ਜੇ ਨੂੰ ਕਰ ਦਿੰਦਾ ਉੱਪਰ ਉਹ ਫਿਰ ਖਿੱਚੀ ਜਾਣੀ ਹੈ ਬਾ ਠੀਕ ਆ ਹਜੇ ਨੇ ਤਿਆਰ ਹੋ ਕੇ ਆਉਣਾ ਚਲੋ ਜੀ ਉਹ 36ਵੇਂ ਤਾਰਾ ਬਣ ਗਿਆ ਓਏ ਹੈ